ਹੈਲੋ ਐਂਡ ਵੈਲਕਮ ਟੂ ਅਰੇਸ ਅਕੈਡਮੀ ਓਫੀਸ਼ੀਅਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ। ਮੇਰਾ ਨਾਮ ਹੈ ਫਨਕਾਰ, ਅਰੇਸ ਅਕੈਡਮੀ ਓਫੀਸ਼ੀਅਲ 'ਚ ਤੁਹਾਡਾ ਸਵਾਗਤ ਹੈ। ਸੋ ਤੁਹਾਨੂੰ ਪਤਾ ਕਿ ਆਪਾਂ ਇੱਕ ਸੀਰੀਜ਼ ਸ਼ੁਰੂਆਤ ਕੀਤੀ ਸੀ ਜਿਹਦੇ ਵਿੱਚ ਮੈਂ ਇਸ ਤੋਂ ਪਹਿਲਾਂ ਪੋਲੀਟੀ ਅਤੇ ਹਿਸਟਰੀ ਬਾਰੇ ਦੱਸ ਚੁੱਕਿਆ ਕਿ ਪੋਲੀਟੀ ਅਤੇ ਹਿਸਟਰੀ ਨੂੰ ਕਿਵੇਂ ਕਿਵੇਂ ਪੜ੍ਹਨਾ ਗਾ ਐਂਡ ਉਹਦੇ ਵਿੱਚ ਕੀ ਜ਼ਿਆਦਾ ਇੰਪੋਰਟੈਂਟ ਹੈ, ਜਿਹੜਾ ਹਰ ਇਗਜ਼ਾਮ ਦੇ ਲਈ। ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਪੇਪਰ ਆ ਉਹ ਲਗਭਗ P++B ਸੈੱਟ ਕਰਦਾ, ਅਤੇ ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਇਗਜ਼ਾਮ ਦਾ ਜਿਹੜਾ ਪੈਟਰਨ ਆ ਉਹ ਸਾਰਿਆਂ ਦਾ ਹੀ ਲਗਭਗ ਸੇਮ ਹੈ। ਤਾਂ ਇਸ ਕਰਕੇ ਇਸੇ ਪੈਟਰਨ 'ਤੇ ਜੇਕਰ ਤੁਸੀਂ ਤਿਆਰੀ ਕਰੋਗੇ ਤਾਂ ਪੰਜਾਬ ਦੇ ਹਰ ਇਗਜ਼ਾਮ ਦੀ ਤਿਆਰੀ ਹੋ ਸਕਦੀ ਹੈ। ਸੋ ਸੇਮ ਉੱਧਰ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਹਿਸਟਰੀ ਪੋਲੀਟੀ ਤੋਂ ਇਲਾਵਾ ਇਸ ਤੋਂ ਬਾਅਦ ਸਾਇੰਸ ਹੈ, ਇਨਵਾਇਰਮੈਂਟ ਹੈ, ਜਾਂ ਜੀਓਗ੍ਰਾਫੀ ਹੈ, ਸਾਇੰਸ ਐਂਡ ਟੈਕ ਹੈ, ਹੋਰ ਬਹੁਤ ਸਾਰੇ ਛੋਟੇ ਛੋਟੇ ਟੋਪਿਕ ਹੈ। ਜਾਂ ਆਪਾਂ ਜੇਕਰ GS ਤੋਂ ਇਲਾਵਾ ਮੈਥ ਦੀ ਗੱਲ ਕਰੀਏ, ਰੀਜਨਿੰਗ ਦੀ ਗੱਲ ਕਰੀਏ, ਇੰਗਲਿਸ਼, ਪੰਜਾਬੀ, ਕੰਪਿਊਟਰ ਹੈ, ਤਾਂ ਸਾਰੇ ਸਬਜੈਕਟਾਂ ਦੀ ਹੀ ਆਪਾਂ ਹੌਲੀ ਹੌਲੀ ਗੱਲ ਕਰਦੇ ਰਹਾਂਗੇ। ਛੋਟੀ ਜਿਹੀ ਵੀਡੀਓ ਹੈ ਤਾਂ ਕਿ ਇਹ ਤੁਹਾਡੇ ਵਾਸਤੇ ਬੈਨੀਫਿਟ, ਯਾਨੀ ਤੁਹਾਨੂੰ ਜਿੰਨਾ ਬੈਨੀਫਿਟ ਹੋ ਸਕੇ ਵਧੀਆ। ਤਾਂ ਹੁਣ ਇਹਦੇ ਵਿੱਚ ਆਪਾਂ ਬੈਸਟ ਬੁੱਕਸ ਬਾਰੇ ਤਾਂ ਜਾਣਾਂਗੇ ਹੀ। ਤਾਂ ਹੁਣ ਸਾਇੰਸ ਜਿਹੜੀ ਬੇਸਿਕਲੀ ਕੀ ਆ ਕਿ ਪੰਜਾਬ ਇਗਜ਼ਾਮ ਦੇ ਵਿੱਚ ਨਾ ਸਾਇੰਸ ਆ ਜਿਹੜੀ ਉਹ ਬਹੁਤ ਥੋੜ੍ਹੀ ਆਉਂਦੀ ਆ, ਪਰ ਬਹੁਤ ਥੋੜ੍ਹੀ ਸਕੋਰਿੰਗ ਹੈ, ਯਾਨੀ ਐਂ ਨਹੀਂ ਹੈਗਾ ਵੀ ਬਹੁਤ ਔਖਾ ਆਉਂਦਾ ਗਾ। ਆਉਂਦਾ ਸੌਖਾ ਗਾ, ਔਖਾ ਤਾਂ ਲੱਗਦਾ ਕਿਉਂਕਿ ਆਪਾਂ ਉਹਨੂੰ ਬਿਲਕੁਲ ਹੀ ਨਹੀਂ ਪੜ੍ਹਦੇ। ਐਂਡ ਸਕੋਰਿੰਗ ਇਸ ਕਰਕੇ ਕਹਿ ਰਹੇ ਕਿਉਂਕਿ ਅਗਰ ਤੁਸੀਂ ਸਾਇੰਸ ਦੇ ਕੁਐਸਚਨ ਨੂੰ ਸਹੀ ਕਰਗੇ ਤਾਂ ਤੁਸੀਂ ਬਹੁਤੇ ਜਵਾਕਾਂ ਤੋਂ ਦੇਖੋ ਅੱਗੇ ਨਿਕਲ ਜਾਂਦੇ। ਬਹੁਤ ਸਿੰਪਲ ਜੀ ਗੱਲ ਆ, ਅਗਰ ਮੰਨ ਲਓ ਇੱਕ ਕੁਐਸਚਨ ਆਇਆ ਹਿਸਟਰੀ ਦਾ, ਉਹਨੂੰ 1000 ਬੱਚਾ ਸਹੀ ਕਰ ਰਿਹਾ, ਐਂਡ ਸਾਇੰਸ ਦਾ ਜੇਕਰ ਕੁਐਸਚਨ ਆਇਆ ਤਾਂ ਉਹਨੂੰ ਸਿਰਫ 200-100 ਜਣਾ ਸਹੀ ਕਰ ਰਿਹਾ, ਤਾਂ ਆਪਣੇ ਆਪ ਮੰਨੋ ਕਿ ਕੰਪੀਟੀਸ਼ਨ ਕਿਹੜਾ ਕੁਐਸਚਨ ਤੋੜ ਰਿਹਾ, ਸਾਇੰਸ ਵਾਲਾ ਤੋੜ ਰਿਹਾ। ਹਿਸਟਰੀ ਹਜ਼ਾਰਾਂ ਨੇ ਕਰਤੀ, ਤੁਸੀਂ ਵੀ ਕਰਤੀ, ਹਜ਼ਾਰਾਂ ਨੇ ਕਰਤੀ, ਉਹਦੇ ਵਿੱਚ ਕੰਪੀਟੀਸ਼ਨ ਬਾਹਲਾ ਜ਼ਿਆਦਾ ਨਹੀਂ ਟੁੱਟਦਾ। ਸੇਮ ਫੋਰ ਪੋਲੀਟੀ, ਪਰ ਹਾਂ ਠੀਕ ਹੈ ਜੇਕਰ ਪੋਲੀਟੀ ਦਾ ਵੀ ਕੁਐਸਚਨ ਵਧੀਆ ਆ ਜਾਏ ਤਾਂ ਕੰਪੀਟੀਸ਼ਨ ਬਣ ਜਾਂਦਾ। ਪਰ ਆਮ ਤੌਰ 'ਤੇ ਕੀ ਹੁੰਦਾ ਕਿ ਸਾਇੰਸ ਦੇ ਕੁਐਸਚਨ ਹੁੰਦੇ ਸੌਖੇ ਆ, ਇਹ ਬਿਨਾਂ ਮਤਲਬ ਤੋਂ ਕੰਪੀਟੀਸ਼ਨ ਬਣ ਜਾਂਦਾ ਕਿਉਂਕਿ ਕਰਦੇ ਨਹੀਂ ਆਪਾਂ। ਸੋ ਇਸ ਕਰਕੇ ਮੈਂ ਉਹ ਸਾਰੇ ਟੌਪਿਕ ਦੱਸੂਗਾ ਜਿਹੜੇ ਆਮ ਤੌਰ 'ਤੇ ਪ੍ਰੀਵੀਅਸ ਈਅਰ ਕੁਐਸਚਨ ਦੇ ਬੇਸ 'ਤੇ ਮੈਂ ਇਹ ਦੱਸੂਗਾ ਕਿ ਕਿਹੜੇ ਕਿਹੜੇ ਆਮ ਤੌਰ 'ਤੇ ਟੌਪਿਕਾਂ ਦੇ ਵਿੱਚੋਂ ਕੁਐਸਚਨ ਵਾਰ ਵਾਰ ਪੰਜਾਬ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਰਾਈਟ ਆ, ਸੋ ਸਾਇੰਸ ਦੇ ਟੌਪਿਕਾਂ ਨੂੰ ਸਹੀ ਪੜ੍ਹਨ ਦਾ ਤਰੀਕਾ ਕੀ ਆ? ਪਹਿਲੀ ਗੱਲ ਤਾਂ ਸਾਇੰਸ ਦੇ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਸਾਇੰਸ ਨੂੰ ਆਪਾਂ 3 ਹਿੱਸਿਆਂ 'ਚ ਵੰਡਦੇ ਹਾਂ। ਸਾਇੰਸ ਨੂੰ ਆਪਾਂ 3 ਹਿੱਸਿਆਂ 'ਚ ਵੰਡਦੇ ਹਾਂ, ਕਿਹੜੇ ਕਿਹੜੇ? ਪਹਿਲਾਂ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਕਿ ਪਹਿਲਾਂ ਤਾਂ ਜਿਹਨੂੰ ਮਰਜ਼ੀ ਰੱਖ ਲਓ ਕੈਮਿਸਟਰੀ ਹੈ, ਫਿਰ ਆਪਾਂ ਫਿਜਿਕਸ ਦੀ ਗੱਲ ਕਰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਆਪਾਂ ਬਾਇਓ ਦੀ ਗੱਲ ਕਰਦੇ ਹਾਂ। ਤਾਂ ਪਹਿਲਾਂ ਤਾਂ ਮੈਂ ਵੇਟੇਜ ਦੀ ਗੱਲ ਕਰੂੰਗਾ ਕਿ ਸਭ ਤੋਂ ਜ਼ਿਆਦਾ ਇਹਨਾਂ ਦੇ ਵਿੱਚੋਂ ਵੇਟੇਜ ਕਿਹਦੀ ਰਹਿੰਦੀ ਆ? ਤਾਂ ਜੇਕਰ ਆਪਾਂ ਪੋਲੀਟੀ ਜਿਹੜਾ ਬਾਇਓ ਹੈ ਇਹਨੂੰ ਆਪਾਂ 70% ਕਹਿ ਦਈਏ ਤਾਂ ਬਾਕੀ ਆਹ 30% ਦੋਨੇ ਰਲ ਮਿਲ ਕੇ ਜੇ ਆ ਜਾਂਦੀ ਆ। ਰਾਈਟ, ਬਾਇਓ ਯਾਨੀ ਪੇਪਰਾਂ ਦੇ ਵਿੱਚ ਜ਼ਿਆਦਾ ਆਉਂਦੀ ਆ, ਤਾਂ ਬਾਇਓ ਨੂੰ ਤਾਂ ਆਪਾਂ ਪੜ੍ਹਨਾ। ਬੇਸਿਕਲੀ ਮੈਂ ਤਾਂ ਇਹ ਕਹਿੰਦਾ ਜਿਹੜਾ 30% ਵੀ ਆ ਇਹਨੂੰ ਵੀ ਕਿਉਂ ਛੱਡਣਾ, ਕਿਉਂਕਿ ਹੈ ਬਹੁਤ ਸੌਖਾ। ਪਰ ਆਮ ਤੌਰ 'ਤੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਪੱਕਾ ਫਿਜਿਕਸ ਤੋਂ ਕੈਮਿਸਟਰੀ ਤੋਂ ਮਿਲ ਹੀ ਜਾਊਗਾ। ਰਾਈਟ, ਬਾਇਓ ਤੋਂ ਤਾਂ ਮਿਲਦੀ ਹੀ ਮਿਲਦੀ ਆ। ਤਾਂ ਹੁਣ ਇਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਕਿਹੜੇ ਕਿਹੜੇ ਟੌਪਿਕ ਹੈ ਐਸੇ। ਪਹਿਲਾਂ ਮੈਂ ਫਿਜਿਕਸ ਦੀ ਗੱਲ ਕਰਦਾ ਕਿਉਂਕਿ ਬਹੁਤ ਛੋਟੇ ਟੌਪਿਕ ਹੈ, ਤਾਂ ਸਿਰਫ 4 ਟੌਪਿਕ ਹੈ ਇਹ, ਬਸ ਤੁਸੀਂ 4 ਟੌਪਿਕ ਹੀ ਪੜ੍ਹਨਾ। ਦੇਖੋ ਫਿਰ ਸਿੰਪਲ ਜੀ ਗੱਲ ਹੈ ਕਿ ਫਸਟ ਪ੍ਰਾਇਓਰਿਟੀ ਤੁਹਾਨੂੰ ਜਿਹੜੇ ਮੈਂ ਟੌਪਿਕ ਦੱਸ ਕੇ ਜਾਊਂਗਾ ਇਹਨਾਂ ਨੂੰ ਪੜ੍ਹਨ ਦੀ ਹੋਣੀ ਚਾਹੀਦੀ ਹੈ। ਕਿੱਥੋਂ ਪੜ੍ਹਨੇ ਆ ਉਹ ਵੀ ਦੱਸ ਕੇ ਜਾਊਂਗਾ, ਕੁਐਸਚਨ ਕਿੱਥੋਂ ਕਰਨੇ ਉਹ ਸਾਰਾ ਦੱਸ ਕੇ ਜਾਊਂਗਾ। ਪਰ ਇਹ ਨਹੀਂ ਮੰਨਣਾ ਕਿ ਸਾਇੰਸ ਸਿਰਫ ਇਹਦੇ ਨਾਲ ਖਤਮ ਹੋ ਜਾਂਦੀ ਹੈ। ਮੈਂ ਸਿਰਫ ਇਹ ਕਹਿ ਰਿਹਾ ਵੀ ਕੁਛ ਨਾ ਪੜ੍ਹਨ ਦੇ ਨਾਲੋਂ ਇੰਨਾ ਪੜ੍ਹ ਜਾਓ ਤਾਂ ਵੀ ਠੀਕ ਹੈ। ਹੈ ਨਾ, ਤੁਸੀਂ ਤਾਂ ਬਿਲਕੁਲ ਹੀ ਨਹੀਂ ਪੜ੍ਹ ਰਹੇ। ਇਸ ਕਰਕੇ ਮੈਂ ਕਈ ਵਾਰੀ ਹੁੰਦਾ ਨਾ ਕਿ ਕਈ ਫਿਰ ਕਿਹੜਾ ਕੰਪਲੀਟ ਹੋ ਗਈ ਜਿਹੜਾ ਤੂੰ ਦੱਸ ਕੇ ਗਿਆ, ਕਈ ਹੁੰਦੇ ਐਵੇਂ ਕਰਨ ਵਾਲੇ। ਹੈ ਨਾ, ਮੈਂ ਕੁਛ ਨਾ ਪੜ੍ਹਨ ਨਾਲੋਂ ਵੀ ਕੁਛ ਪੜ੍ਹਨ ਵਾਸਤੇ ਕਹਿ ਰਿਹਾ, ਆਏ ਕੰਪਲੀਟ ਨਹੀਂ। ਸਾਇੰਸ ਤਾਂ ਬਹੁਤ ਵੱਡੀ ਹੈ, ਸਮਝ ਰਹੇ ਹੋ? ਤਾਂ ਮੈਂ ਉਹੀ ਦੱਸ ਰਿਹਾ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਦੇ ਕਿਤੇ ਨਾ ਕਿਤੇ ਪੁੱਛੇ ਗਏ ਆ। ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਫਿਜਿਕਸ ਦੀ ਗੱਲ ਕਰੀਏ ਤਾਂ 3 ਟੌਪਿਕ ਬਣਦੇ ਛੋਟੇ ਛੋਟੇ, ਹੀਟ, ਵੇਵ ਅਤੇ ਲਾਈਟ। ਹੀਟ, ਵੇਵ ਅਤੇ ਲਾਈਟ 'ਤੇ ਤੁਹਾਨੂੰ ਕੁਐਸਚਨ 100% ਮਿਲ ਹੀ ਜਾਊਗਾ ਜੇਕਰ ਆਪਾਂ 15 ਪੇਪਰ, 10-15 ਪੇਪਰ ਦਾ ਅਨੈਲਿਸਿਸ ਕਰੀਏ
ਤਾਂ ਉਹਨਾਂ ਦੇ ਵਿੱਚ ਤੁਹਾਨੂੰ 3-4 ਪੇਪਰਾਂ ਦੇ ਵਿੱਚ ਇਸ ਟੋਪਿਕ ਤੋਂ ਕੁਐਸਚਨ ਮਿਲ ਸਕਦਾ ਹੈਗਾ, ਹੀਟ ਵੇਵ ਅਤੇ ਲਾਈਟ। ਇਸ ਤੋਂ ਬਾਅਦ ਦੂਸਰਾ ਜਿਹੜਾ ਟੋਪਿਕ ਹੈ ਸਭ ਤੋਂ ਮਸ਼ਹੂਰ, ਉਹ ਤੁਹਾਨੂੰ ਪਤਾ ਕਿਹੜਾ ਭਲਾ, ਨਿਊਟਨਸ ਲਾ, ਹੈ ਨਾ। ਜਿੰਨੇ ਵੀ ਨਿਊਟਨ ਦੇ ਲਾ ਹੈ ਨਾ, ਉਹ ਸਾਰੇ ਦੇ ਸਾਰੇ ਇੰਪੋਰਟੈਂਟ ਆ, ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰਿੰਸੀਪਲ ਦੇ ਆਧਾਰ 'ਤੇ ਕੋਈ ਐਗਜ਼ਾਮਪਲ ਦੇ ਕੇ ਨਿਊਟਨ ਲਾ ਪੁੱਛਿਆ ਹੀ ਜਾਂਦਾ ਹੈ, ਰਾਈਟ ਹੈ। ਸੋ ਇਹ ਨਿਊਟਨ ਦੇ ਲਾ ਤੁਸੀਂ ਪੱਕਾ ਪੜ੍ਹ ਕੇ ਜਾਣੇ ਆ। ਤੀਸਰਾ ਜਿਹੜਾ ਟੋਪਿਕ ਆ ਉਹ ਕੁਆਂਟਿਟੀਜ਼ 'ਤੇ ਹੈ, ਹੈ ਨਾ, ਕੁਆਂਟਿਟੀਜ਼ 'ਤੇ ਹੈ। ਕੁਆਂਟਿਟੀਜ਼ ਕਿਵੇਂ, ਜਿਹੜੀਆਂ ਸਕੇਲਰ ਕੁਆਂਟਿਟੀਆਂ ਕਿਹੜੀਆਂ ਕਿਹੜੀਆਂ ਭਾਈ, ਸਕੇਲਰ ਅਤੇ ਵੈਕਟਰ ਕੁਆਂਟਿਟੀਜ਼, ਹੈ ਨਾ। ਇੱਥੋਂ ਬਹੁਤ ਛੋਟਾ ਜਿਹਾ ਟੋਪਿਕ ਬਣ ਜਾਂਦਾ ਵੀ ਜਿਵੇਂ ਟਾਰਕ ਹੈ, ਦੱਸੋ ਉਹਦੀ ਕੁਆਂਟਿਟੀ ਸਕੇਲਰ ਹੈ, ਵੈਕਟਰ ਹੈ, ਕੀ ਹੈ, ਫੋਰਸ ਕੀ ਹੈ, ਹੈ ਨਾ। ਤਾਂ ਸਕੇਲਰ ਅਤੇ ਵੈਕਟਰ ਕੁਆਂਟਿਟੀਜ਼ ਆ ਜਿਹੜੀਆਂ, ਇਹ ਆਮ ਤੌਰ 'ਤੇ ਪੁੱਛ ਲਏ ਜਾਂਦੀਆਂ। ਸੋ ਆਹ 3 ਟੋਪਿਕ ਆ ਜਿਹੜੇ ਬਹੁਤ ਛੋਟੇ ਛੋਟੇ ਟੋਪਿਕ ਹੈ, ਰਾਈਟ ਆ। ਤਾਂ ਹੀਟ ਵੇਵ, ਲਾਈਟ ਹੋ ਗਿਆ, ਨਿਊਟਨਸ ਲਾਅ ਹੋ ਗਿਆ, ਕੁਆਂਟਿਟੀ, ਸਕੇਲਰ, ਵੈਕਟਰ, ਇਹ ਤੁਸੀਂ ਪੜ੍ਹ ਸਕਦੇ ਹੋ। ਇਸ ਤੋਂ ਬਾਅਦ ਜਿਹੜਾ ਟੋਪਿਕ ਹੈ ਨਾ, ਇਹ ਤੁਸੀਂ ਐਗਰੀ ਕਰੋਗੇ ਕਿ ਹਾਂਜੀ ਇਹੋ ਜਿਹੇ ਕੁਐਸਚਨ ਤਾਂ ਅਸੀਂ ਸੱਚੀ ਛੱਡ ਕੇ ਜਾਂਦੇ ਹੁੰਦੇ ਹਾਂ, ਬਹੁਤ ਛੱਡ ਕੇ ਜਾਂਦੇ ਹਾਂ, ਪਰ ਪਤਾ ਵੀ ਹੁੰਦਾ ਵੀ ਇਹ ਆਊਗਾ, ਪਰ ਛੱਡ ਜਾਂਦੇ। ਕਿਹੜਾ ਭਲਾ, ਲੈਂਸ ਐਂਡ ਮਿਰਰ। ਇਹਦੇ ਤੁਸੀਂ ਕੁਐਸਚਨ ਪੱਕਾ ਦੇਖਿਆ ਹੋਊਗਾ, ਹੈ ਨਾ। ਵੀ ਲੈਂਸ, ਕੋਈ ਬਿਮਾਰੀ ਦਾ ਨਾਮ ਸੁਣ ਲਿਆ ਹੋਊਗਾ ਵੀ ਦੱਸੋ ਭਾਈ ਇਸ ਬਿਮਾਰੀ ਨੂੰ ਦੂਰ ਕਰਨ ਵਾਸਤੇ ਕਿਹੜੇ ਲੈਂਸ ਦੀ ਵਰਤੋਂ ਕੀਤੀ ਜਾਂਦੀ ਹੈ, ਜਾਂ ਗੱਡੀਆਂ ਦੇ ਵਿੱਚ ਕਿਹੜਾ ਲੈਂਸ ਵਰਤ ਕੀਤਾ ਜਾਂਦਾ, ਪਿਛਲਾ ਪਿੱਛੇ ਦੇਖਣ ਵਾਸਤੇ ਜਾਂ ਦੂਰ ਦਰਾਜ਼ ਦੇਖਣ ਵਾਸਤੇ, ਤਾਂ ਕਿਹੜਾ ਲੈਂਸ ਵਰਤ, ਹੈ ਨਾ, ਓਕਟੇਵ ਹੈ। ਤਾਂ ਬੇਸਿਕਲੀ ਕਹਿਣ ਦਾ ਮਤਲਬ ਕੀ ਹੈ ਕਿ ਲੈਂਸ ਅਤੇ ਮਿਰਰ ਤੋਂ ਬਹੁਤ ਤਕੜੇ ਕੁਐਸਚਨ ਪੁੱਛੇ ਜਾਂਦੇ ਆ, ਐਂਡ ਉਹੀ ਵਾਰ ਵਾਰ ਰਿਪੀਟ ਹੁੰਦੇ ਆ। ਤੁਸੀਂ ਕਦੇ ਵੀ ਦੇਖਿਆ ਹੋਊਗਾ, ਚਾਹੇ ਕੋਈ ਸਿਵਲ ਸਰਵਿਸ ਦਾ ਇਗਜ਼ਾਮ ਵੀ ਚੱਕ ਲਓ, ਚਾਹੇ ਕੋਈ ਹੋਰ ਪੇਪਰ ਵੀ ਚੱਕ ਲਓ, ਕੁਐਸਚਨ ਉਹੀ ਰਿਪੀਟ ਹੁੰਦੇ ਆ, ਪਰ ਆਪ ਪੜ੍ਹ ਕੇ ਨਹੀਂ ਜਾਂਦੇ। ਚਾਹੇ ਤੁਸੀਂ ਸੈਂਟਰ ਲੈਵਲ ਦੇ SSC ਦੇ ਪੇਪਰ ਲੈ ਲਓ, ਉੱਥੇ ਵੀ ਲੈਂਸ ਅਤੇ ਮਿਰਰ ਤੋਂ ਕੁਐਸਚਨ ਆਊਗਾ, ਕੁਐਸਚਨ ਉਹੀ ਹੁੰਦੇ ਵਾਰ ਵਾਰ, ਪਰ ਬਸ ਆਪਣੇ ਦਿਮਾਗ ਦੇ ਵਿੱਚ ਆਉਂਦਾ ਨਹੀਂ ਕਿ ਇਹ ਟੋਪਿਕ ਆਪਾਂ ਪੜ੍ਹ ਲਈਏ। ਇਸ ਕਰਕੇ ਮੈਂ ਟੋਪਿਕ ਦੱਸਣ ਆਇਆ। ਤਾਂ ਇਹ 4 ਟੋਪਿਕ ਹੀ ਹੈ ਫਿਜਿਕਸ ਦੇ ਜਿਹੜੇ ਤੁਸੀਂ ਬਸ ਪੜ੍ਹਨੇ। ਹਾਂ, ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੋਇਆ ਕਿ ਮੈਂ ਤਾਂ ਹੋਰ ਐਕਸਟਰਾ ਪੜ੍ਹਨਾ, ਐਂ ਤਾਂ ਬਹੁਤ ਸਾਰੇ ਟੋਪਿਕ ਆ, ਫਿਰ ਤੁਸੀਂ ਪੜ੍ਹ ਸਕਦੇ ਹੋ, ਰਾਈਟ। ਪਰ ਆਹ ਪੰਜਾਬ ਐਗਜ਼ਾਮ ਵਾਸਤੇ ਪੱਕਾ ਪੜ੍ਹ ਕੇ ਜਾਇਓ, ਕਿਉਂਕਿ ਇੱਥੋਂ ਕੁਐਸਚਨ ਤਾਂ ਡੈਫੀਨੇਟਲੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਉਹ ਸਮਝ ਲੱਗ ਗਈ ਭਾਈ? ਸੋ ਇਹ 4 ਟੋਪਿਕ ਤੁਹਾਨੂੰ ਮੈਂ ਦੱਸਤੇ। ਹੁਣ ਆਪਾਂ ਗੱਲ ਕਰਦੇ ਕੈਮਿਸਟਰੀ ਦੀ, ਬਾਇਓ ਦੀ ਐਂਡ 'ਤੇ ਕਰਾਂਗੇ, ਕਿਉਂਕਿ ਬਾਇਓ ਬਹੁਤ ਵੱਡਾ ਚੈਪਟਰ ਹੈ, ਰਾਈਟ, ਟੋਪਿਕ ਹੈ। ਤਾਂ ਆਪਾਂ ਹੁਣ ਕੈਮਿਸਟਰੀ ਦੀ ਗੱਲ ਕਰ ਲੈਂਦੇ ਹਾਂ। ਤਾਂ ਕੈਮਿਸਟਰੀ ਦੇ ਵਿੱਚ ਵੀ 11-12 ਟੋਪਿਕ ਬਣਦੇ ਆ, ਛੋਟੇ ਛੋਟੇ ਟੋਪਿਕ ਹੈ 11-12। ਮੈਂ ਸਾਰੇ ਅੱਡ ਅੱਡ ਕਰਕੇ ਇਸ ਕਰਕੇ ਦੱਸ ਰਿਹਾ, ਕਿਉਂਕਿ ਇਸ ਤੋਂ ਬਾਅਦ ਆਪਾਂ MCQ ਦੀ ਬੁੱਕ ਜਿਹੜੀ ਮੈਂ ਦੱਸੂਗਾ ਉਹਦੇ ਵਿੱਚ ਅੱਡ ਅੱਡ ਕਰਕੇ ਸਾਰਿਆਂ ਦੇ MCQ ਹੈਗੇ ਆ। ਤੁਸੀਂ ਨਾ ਕਰਨ ਦੀ ਬਜਾਏ ਬਾਹਲਾ ਸਿਰਫ PYQ ਵੀ ਕਰ ਜਾਓ, ਤਾਂ ਵੀ ਤੁਹਾਡਾ ਸਰ ਜੂਗਾ ਮੇਰੇ ਅਕੋਰਡਿੰਗ, ਰਾਈਟ। ਤਾਂ ਉਹ ਵੀ ਤੁਹਾਨੂੰ ਮੈਂ ਸਾਰੇ ਟੋਪਿਕ ਦੱਸਦਾ ਹੁਣ। ਤਾਂ ਜਿਵੇਂ ਕੈਮਿਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਟੋਪਿਕ ਮੇਜਰ ਪੜ੍ਹਨਾ ਹੈਗਾ, ਉਹ ਮੈਟਲ ਅਤੇ ਨੌਨ ਮੈਟਲਸ ਬਾਰੇ ਪੜ੍ਹਨਾ, ਰਾਈਟ। ਬਹੁਤ ਕੁਐਸਚਨ ਇੱਥੋਂ ਪੁੱਛੇ ਜਾਂਦੇ ਆ ਮੈਟਲ ਅਤੇ ਨੌਨ ਮੈਟਲ ਤੋਂ। ਇਸ ਤੋਂ ਬਾਅਦ ਦੂਸਰਾ ਕਾਰਬਨ ਅਤੇ ਉਹਦੇ ਕੰਪਾਊਂਡਸ ਬਾਰੇ, ਹੈ ਨਾ, ਗ੍ਰੇਫਾਈਟ ਬਾਰੇ ਪੁੱਛ ਲਿਆ ਜਾਂਦਾ, ਡਾਇਮੰਡ ਬਾਰੇ ਪੁੱਛ ਲਿਆ ਜਾਂਦਾ, ਕਾਰਬਨ ਅਤੇ ਉਹਦੇ ਕੰਪਾਊਂਡਸ ਬਾਰੇ। ਇਹ ਬਹੁਤ ਤਕੜਾ ਚੈਪਟਰ ਹੈ। ਇਸ ਤੋਂ ਬਾਅਦ ਫਿਰ ਕਿਹੜਾ ਆ ਜੂਗਾ ਭਲਾ, ਐਸਿਡ, ਬੇਸ ਅਤੇ ਸਾਲਟ ਬਾਰੇ, ਐਸਿਡ, ਬੇਸ ਅਤੇ ਸਾਲਟ ਬਾਰੇ। ਇਹਨਾਂ ਦੀਆਂ ਕਾਫੀ ਚੀਜ਼ਾਂ ਦੀ PH ਵੈਲਿਊ ਪੁੱਛੀ ਜਾਂਦੀ ਹੈ, ਪਾਣੀ ਦੀ PH ਵੈਲਿਊ ਕੀ ਹੈ, ਬਲੱਡ ਦੀ PH ਵੈਲਿਊ ਕੀ ਹੈ, ਲੈਮਨ ਦੀ PH ਵੈਲਿਊ ਕੀ ਹੈ, ਅਲਕੋਹਲ ਦੀ PH ਵੈਲਿਊ ਕੀ ਹੈ, ਬਹੁਤ ਚੀਜ਼ਾਂ ਦੀ ਜਿਹੜੀ ਹੈਗੀ ਉਹ PH ਵੈਲਿਊ ਡਾਇਰੈਕਟ ਪੁੱਛ ਲਈ ਜਾਂਦੀ ਪੇਪਰਾਂ ਦੇ ਵਿੱਚ। ਸੋ ਐਸਿਡ, ਬੇਸ, ਸਾਲਟ, ਹੋਰ ਬਹੁਤ ਤਰ੍ਹਾਂ ਦੇ ਯਾਨੀ ਜਿਹੜੇ ਹੈਗੇ ਉਹ ਕੁਐਸਚਨ ਪੁੱਛੇ ਜਾਂਦੇ ਆ, ਰਾਈਟ ਹੋ ਗਿਆ ਭਾਈ। ਇਸ ਤੋਂ ਬਾਅਦ ਇੱਕ ਤੁਸੀਂ ਸੁਣਿਆ ਹੋਊਗਾ ਕਿ ਆਪਾਂ ਪੜ੍ਹਦੇ ਹਾਂ ਨਿਊਕਲੀਅਰ ਰਿਐਕਟਰ ਬਾਰੇ, ਨਿਊਕਲੀਅਰ ਰਿਐਕਟਰ ਬਾਰੇ ਪੜ੍ਹਦੇ ਹਾਂ, ਉਹਦੇ ਵਿੱਚ ਆਪਾਂ ਹੈਵੀ ਵਾਟਰ ਪੜ੍ਹਦੇ ਹਾਂ, ਹੈ ਨਾ। ਇਸੇ ਤਰ੍ਹਾਂ ਵਾਟਰ ਦੀਆਂ ਜਿਹੜੀਆਂ ਟਾਈਪਸ ਆ, ਹਾਰਡ ਵਾਟਰ ਹੋ ਗਿਆ, ਸੌਫਟ ਵਾਟਰ ਹੋ ਗਿਆ, ਹੈਵੀ ਵਾਟਰ ਹੋ ਗਿਆ, ਇਹ ਕੀ ਆ ਭਾਈ, ਰਾਈਟ ਆ। ਸੋ ਵਾਟਰ ਹੋ ਗਿਆ, ਪਾਣੀ ਬਾਰੇ ਵਾਟਰ ਹੋ ਗਿਆ, ਗਲਾਸ ਹੋ ਗਿਆ, ਤੁਸੀਂ ਗਲਾਸ ਵੀ ਸੁਣਿਆ ਹੋਊਗਾ, ਹੈ ਨਾ। ਗਲਾਸਿਸ ਬਾਰੇ ਪੁੱਛਿਆ ਜਾਂਦਾ ਕਿ ਵੀ ਕਿੱਥੇ ਕਿਹੜਾ ਸ਼ੀਸ਼ਾ ਵਰਤਿਆ ਜਾਂਦਾ, ਹੈ ਨਾ।
ਗਲਾਸਿਸ ਬਾਰੇ ਸੁਣਿਆ ਹੋਊਗਾ ਤਾਂ ਆਹ ਟੋਪਿਕ ਵੀ ਯਾਨੀ ਤੁਹਾਨੂੰ ਮਿਲ ਜੂਗਾ, ਇੱਥੋਂ ਵੀ ਇੱਕ ਦੋ ਕੁਐਸਚਨ ਪੱਕਾ ਮਿਲ ਜਾਂਦੇ ਆ। ਵਾਟਰ ਹੋ ਗਿਆ, ਗਲਾਸ ਹੋ ਗਿਆ, ਤਾਂ ਇਹਦੇ ਨਾਲ ਹੀ ਆਉਂਦੀ ਸਾਬਣ, ਸੋਪ ਅਤੇ ਉਹਦੇ ਡਿਟਰਜੈਂਟਸ, ਹੈ ਨਾ, ਸੋਪ ਡਿਟਰਜੈਂਟਸ, ਸੋਪ, ਚਲੋ ਮੈਂ ਅੱਡ ਕਰਕੇ ਲਿਖ ਦੇਣਾ, ਸੋਪ ਐਂਡ ਡਿਟਰਜੈਂਟਸ। ਮੈਂ ਐਂਡ 'ਤੇ ਇਹਨਾਂ ਦੇ ਸਭ ਟੋਪਿਕ ਜੇ ਬਣਾ ਕੇ ਜਾਊਂਗਾ ਤੁਹਾਨੂੰ ਉੱਥੋਂ ਵੀ ਆਈਡੀਆ ਹੋ ਜੂਗਾ, ਰਾਈਟ। ਸੋ ਮੈਟਲ, ਨੋਨ ਮੈਟਲ ਹੋ ਗਿਆ, ਕਾਰਬਨ ਹੋ ਗਿਆ, ਉਹਦੇ ਕੰਪਾਊਂਡ ਹੋ ਗਏ, ਐਸਿਡ ਬੇਸ ਸਾਲਟ ਹੋ ਗਿਆ, ਵਾਟਰ ਹੋ ਗਿਆ, ਗਲਾਸ ਹੋ ਗਿਆ, ਸੋਪ ਐਂਡ ਡਿਟਰਜੈਂਟ ਹੋ ਗਏ। ਇਸ ਤੋਂ ਬਾਅਦ ਫਿਰ ਆ ਜਾਂਦਾ ਰੇਡੀਓ ਐਕਟੀਵਿਟੀ, ਰਾਈਟ, ਰੇਡੀਓ ਐਕਟੀਵਿਟੀ ਮੈਂ ਇਕੱਠੇ ਕਰਕੇ ਲਿਖਤੇ, ਵੈਸੇ ਇਹ ਗਿਣ ਕੇ ਵੈਸੇ 11-12 ਟੋਪਿਕ ਹੀ ਬਣਨਗੇ ਰੇਡੀਓ ਐਕਟੀਵਿਟੀ। ਇਸ ਤੋਂ ਬਾਅਦ ਫਿਰ ਬਣਦਾ ਜੀ ਫਿਜ਼ੀਕਲ ਐਂਡ ਕੈਮੀਕਲ ਚੇਂਜਿਸ, ਫਿਜ਼ੀਕਲ ਐਂਡ ਕੈਮੀਕਲ ਚੇਂਜਿਸ, ਆਹ ਬਣ ਗਏ ਤੁਹਾਡੇ ਸੱਤ ਟੋਪਿਕ, ਰਾਈਟ। ਯਾਨੀ ਓਵਰਆਲ ਜੇ ਇਹਨੂੰ ਵੀ ਤੋੜ ਤੋੜ ਕੇ ਲਿਖ ਲਓ ਤਾਂ 11-12 ਬਣ ਜਾਣਗੇ, ਰਾਈਟ। ਸੋ ਫਿਜ਼ੀਕਲ ਕੈਮੀਕਲ ਚੇਂਜਿਸ ਦੇ ਵਿੱਚ ਐਗਜ਼ਾਮਪਲ ਦੇ ਦੇਣਾ, ਜਿਵੇਂ ਮੰਨ ਲਓ ਕਿ ਮੋਮਬੱਤੀ ਪਿਘਲ ਗਈ, ਭਾਈ ਉਹਦੀ ਫੋਰਮ ਚੇਂਜ ਹੋ ਗਈ, ਦੱਸੋ ਇਹ ਫਿਜ਼ੀਕਲ ਚੇਂਜ ਆ ਕਿ ਕੈਮੀਕਲ ਚੇਂਜ ਹੈ, ਸੁਣਿਆ ਹੋਊਗਾ ਤੁਸੀਂ, ਰਾਈਟ। ਸੋ ਇਹੋ ਜਿਹੇ ਕੁਐਸਚਨ ਆ ਜਿਹੜੇ ਪੱਕਾ ਪੁੱਛੇ ਜਾਂਦੇ, ਸੋ ਆਹ ਟੋਪਿਕ ਆ ਜਿਹੜੇ ਤੁਸੀਂ ਪੱਕਾ ਕਰਕੇ ਜਾਣੇ ਬਸ, ਰਾਈਟ। ਮੈਟਲ ਨੋਨ ਮੈਟਲ ਤਾਂ 100% ਕਾਰਬਨ, ਉਹਦੇ ਕੰਪਾਊਂਡ ਹੋ ਗਏ, ਐਸਿਡ ਬੇਸ ਸਾਲਟ ਹੋ ਗਿਆ। ਮੈਂ ਐਗਜ਼ਾਮਪਲਾਂ ਵੀ ਨਾਲ ਦੇਤੀ ਕਿ ਕਿਹੋ ਜਿਹੇ ਕੁਐਸਚਨ ਇਹਨਾਂ 'ਚ ਪੁੱਛੇ ਜਾਂਦੇ ਆ, ਸਮਝ ਲੱਗ ਗਈ। ਤਾਂ ਕੈਮਿਸਟਰੀ ਦੇ ਸਿਰਫ ਤੁਸੀਂ ਆਹ 7 ਟੋਪਿਕ ਪੜ੍ਹ ਕੇ ਜਾਣੇ ਆ, ਇੱਥੋਂ ਪੱਕਾ ਤੁਹਾਨੂੰ ਕੁਐਸਚਨ ਜਿਵੇਂ ਰੇਡੀਓ ਐਕਟੀਵਿਟੀ ਤੋਂ ਕੁਐਸਚਨ ਪੱਕਾ ਆਉਂਦੇ ਆ, ਹੈ ਨਾ। ਉਹੀ ਫਿਰ ਨਿਊਕਲੀਅਰ ਰਿਐਕਟਰ ਪੂਰਾ ਇੱਕ ਟੋਪਿਕ ਬਣ ਜਾਂਦਾ, ਯੂਰੇਨੀਅਮ, ਹੈ ਨਾ, ਯੂਰੇਨੀਅਮ ਦੀ ਰੇਡੀਓ ਐਕਟੀਵਿਟੀ ਬਾਰੇ, ਤਾਂ ਇਹੋ ਜਿਹੇ ਕੁਐਸਚਨ ਪੁੱਛਣੇ ਜਾਂਦੇ ਆ। ਚਲੋ ਖੈਰ, ਇਸ ਤੋਂ ਬਾਅਦ ਆ ਗਿਆ ਜੀ ਬਾਇਓ, ਤੁਹਾਨੂੰ ਬਾਇਓਲੋਜੀ ਦੇ ਟੋਪਿਕ ਲਿਖ ਦਿੰਦਾ। ਅੱਛਾ, ਬਾਇਓ ਦੇਖੋ, ਹੁਣ ਸਿੱਧੀ ਜੀ ਗੱਲ ਹੈ, ਹਿਊਮਨ ਜਿਹੜਾ ਆਪਣੇ ਹਿਊਮਨ ਬਾਰੇ ਗੱਲ ਕਰੀ ਤਾਂ ਆਪਣੇ ਸਰੀਰ ਦੇ ਇਕੱਲੇ ਇਕੱਲੇ ਅੰਗ ਬਾਰੇ ਪੜ੍ਹਨਾ ਤੁਸੀਂ, ਬਸ ਸਿੰਪਲ ਜੀ ਗੱਲ ਆ। ਹੁਣ ਸਰੀਰ ਦੇ ਇਕੱਲੇ ਇਕੱਲੇ ਅੰਗ ਦੇਖ ਲਓ ਕਿੰਨੇ ਆ, ਤਾਂ ਇਸੇ ਕਰਕੇ ਬਾਇਓ ਤੋਂ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ, ਕਿਉਂਕਿ ਆਪਣਾ ਆਪਦੇ ਸਰੀਰ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੁੰਦਾ, ਤਾਂ ਉਹਦੇ ਨਾਲ ਲੱਗਣ ਵਾਲੀਆਂ ਜਿੰਨੀਆਂ ਬਿਮਾਰੀਆਂ, ਬਹੁਤ ਸਾਰਾ ਕੁਛ ਆ। ਤਾਂ ਸਭ ਤੋਂ ਛੋਟੀ ਇਕਾਈ ਆਪਾਂ ਸੈੱਲ ਪੜ੍ਹਦੇ ਹਾਂ, ਤਾਂ ਪਹਿਲਾਂ ਤਾਂ ਸਾਈਟੋਲੋਜੀ, ਸੈੱਲ ਦੀ ਥਿਊਰੀ, ਯਾਨੀ ਕਿ, ਹੈ ਨਾ, ਸੈੱਲ ਥਿਊਰੀ ਵੀ ਕਹਿ ਸਕਦੇ ਹੋ ਸਾਈਟੋਲੋਜੀ ਨੂੰ, ਰਾਈਟ। ਉਸ ਤੋਂ ਬਾਅਦ ਫਿਰ ਸਰੀਰ ਦੇ ਸਾਰੇ ਜਿਹੜੇ ਸਿਸਟਮ ਆ ਉਹਨਾਂ ਨੂੰ ਪੜ੍ਹਨਾ ਗਾ, ਨਰਵਸ ਸਿਸਟਮ ਹੋ ਗਿਆ, ਰਾਈਟ। ਇਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਤਾਂ ਜਿਹੜੇ ਆਪਣੇ ਰੀਪ੍ਰੋਡਕਟਿਵ ਅੰਗ ਹੈ, ਜਨਨ ਅੰਗ, ਆਪਣੇ ਰੀਪ੍ਰੋਡਕਟਿਵ ਸਿਸਟਮ ਪੜ੍ਹਨਾ ਗਾ, ਰਾਈਟ। ਫਿਰ ਉਸ ਤੋਂ ਬਾਅਦ ਆਪਾਂ ਐਕਸਕਰੇਟਰੀ ਸਿਸਟਮ ਹੋ ਗਿਆ, ਐਕਸਕਰੇਟਰੀ ਸਿਸਟਮ, ਫਿਰ ਉਸ ਤੋਂ ਬਾਅਦ ਐਕਸਕਰੇਟਰੀ ਸਿਸਟਮ, ਫਿਰ ਉਸ ਤੋਂ ਬਾਅਦ ਐਂਡੋਕ੍ਰਾਈਨ ਸਿਸਟਮ ਹੈ, ਜਿੰਨੀਆਂ ਵੀ ਆਪਣੀਆਂ ਗਲੈਂਡਸ ਹੈ, ਬਹੁਤ ਇੰਪੋਰਟੈਂਟ, ਇੱਥੋਂ ਟੋਪਿਕ ਬਣ ਕੇ ਆਉਂਦਾ ਗਾ, ਐਂਡੋਕ੍ਰਾਈਨ ਸਿਸਟਮ ਹੋ ਗਿਆ, ਰਾਈਟ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਰੈਸਪੀਰੇਟਰੀ ਸਿਸਟਮ ਹੋ ਗਿਆ, ਸਾਹ ਵਗੈਰਾ ਲੈਣਾ ਭਾਈ, ਰੈਸਪੀਰੇਟਰੀ ਸਿਸਟਮ ਹੋ ਗਿਆ, ਰਾਈਟ। ਫਿਰ ਇਸ ਤੋਂ ਬਾਅਦ ਆਪਣਾ ਬਲੱਡ ਆ ਗਿਆ, ਫਿਰ ਇਸ ਤੋਂ ਬਾਅਦ ਵਿਟਾਮਿਨਸ ਆ ਗਏ ਬਹੁਤ ਜਿਹੜੇ ਇੰਪੋਰਟੈਂਟ ਹੈ, ਰਾਈਟ ਹੈ। ਸੋ ਆਹ ਜਿਹੜੇ ਟੋਪਿਕ ਆਪਣੇ ਸਰੀਰ ਦੇ ਨਾਲ ਯਾਨੀ ਮਿਲ ਜੁਲ ਕੇ ਬਣਦੇ, ਇੱਕ ਅੱਧਾ ਕੋਈ ਰਹਿ ਵੀ ਗਿਆ ਤਾਂ ਉਹ ਵੀ ਤੁਸੀਂ ਕਰਨਾ ਹੀ ਆ, ਰਾਈਟ ਹੋ ਗਿਆ। ਵੈਸੇ ਰਿਹਾ ਨਹੀਂ ਹੋਣਾ ਕਿਉਂਕਿ ਨਰਵਸ ਸਿਸਟਮ ਦੇ ਵਿੱਚ ਹੀ ਬ੍ਰੇਨ ਵਗੈਰਾ ਆ ਗਿਆ, ਉਹਨੂੰ ਅੱਡ ਤੋਂ ਲਿਖਣ ਦੀ ਲੋੜ ਨਹੀਂ। ਤਾਂ ਇਹ ਯਾਨੀ ਕਿ ਆਪਣੇ ਸਰੀਰ ਦੇ ਨਾਲ ਰਿਲੇਟਡ ਜਿਹੜਾ ਵੀ ਕੁਛ ਹੈਗਾ, ਵਿਟਾਮਿਨ ਨੂੰ ਛੱਡ ਕੇ ਸਾਰਾ ਆਪਣੇ ਸਰੀਰ ਦੇ ਵਿੱਚ ਆ, ਤਾਂ ਇਹ ਸਾਰੀਆਂ ਚੀਜ਼ਾਂ ਸਰਕੂਲੇਟਰੀ ਸਿਸਟਮ, ਹੈ ਨਾ। ਬਲੱਡ ਕਿਉਂਕਿ ਆ ਗਿਆ ਤਾਂ ਸਰਕੂਲੇਟਰੀ ਸਿਸਟਮ, ਸਰਕੂਲੇਟਰੀ ਸਿਸਟਮ। ਤਾਂ ਬੇਸਿਕਲੀ ਇਹ ਸਾਰਾ ਕੁਛ ਜਿਹੜਾ ਹੈਗਾ ਆਪਾਂ ਪੜ੍ਹਨਾ ਹੀ ਪੜ੍ਹਨਾ, ਕਿਉਂਕਿ ਇੱਥੋਂ ਕੁਐਸਚਨ ਤਾਂ 100% ਪੁੱਛੇ ਜਾਂਦੇ ਆ, ਠੀਕ ਆ ਭਾਈ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਫਿਰ ਬਿਮਾਰੀਆਂ ਦੀ ਗੱਲ ਕਰਾਂਗੇ। ਹੁਣ ਬਿਮਾਰੀਆਂ ਵੀ 3 ਤਰ੍ਹਾਂ ਦੀਆਂ, ਉਹ 3 ਤਰ੍ਹਾਂ ਦੀ ਜ਼ਰੂਰੀ ਹੈ ਪੜ੍ਹਨੀਆਂ। ਇੱਕ ਤਾਂ ਜਿਹੜੀਆਂ ਆਪਾਂ ਬਾਹਰੋਂ ਲੈਂਦੇ ਹਾਂ, ਜਿਵੇਂ ਆਪਾਂ ਨੂੰ ਬਿਮਾਰੀ ਲੱਗ ਗਈ ਉਹਨੂੰ ਆਪਾਂ ਹਿਊਮਨ ਡਿਜ਼ੀਜ਼ ਕਹਿ ਦਿੰਦੇ ਹਾਂ, ਚਾਹੇ ਉਹ ਫਿਰ ਆਪਣੇ ਸਰੀਰ ਦੇ ਨਾਲ ਕਿਸੇ ਵੀ ਅੰਗ ਦੇ ਨਾਲ ਰਿਲੇਟਡ ਹੋਵੇ, ਹੈ ਨਾ। ਜਿਵੇਂ ਦੰਦਾਂ 'ਤੇ ਬਿਮਾਰੀਆਂ ਬਹੁਤ ਹੈ,
ਕੰਨਾਂ ਨਾਲ ਬਿਮਾਰੀਆਂ ਬਹੁਤ ਹੈ, ਰਾਈਟ ਹੈ, ਫਿਰ ਦਿਮਾਗ ਨਾਲ ਬਿਮਾਰੀਆਂ ਬਹੁਤ ਹੈ, ਯਾਨੀ ਜਿਹੜੀਆਂ ਕਿਤੇ ਨਾ ਕਿਤੇ ਆਪਣੀ ਇਨਫੈਕਸ਼ਨ ਹੋ ਜਾਂਦੀ ਬਾਹਰੋਂ, ਉਹਦੇ ਬਾਰੇ ਵੀ ਆਪਾਂ ਡਿਜ਼ੀਜ਼ ਅਤੇ ਹਿਊਮਨ ਡਿਜ਼ੀਜ਼ ਦੇ ਵਿੱਚ ਪੜ੍ਹਦੇ ਹਾਂ। ਇੱਕ ਆਉਂਦੀ ਹੈ ਜਿਹੜੀ ਆਪਣੇ ਮਾਂ ਬਾਪ ਤੋਂ ਮਿਲਦੀ ਹੈ, ਜਿਹਨੂੰ ਆਪਾਂ ਕਹਿੰਦੇ ਨੇ ਜੀ ਜੈਨੇਟਿਕ ਡਿਜ਼ੀਜ਼। ਤਾਂ ਜੈਨੇਟਿਕ ਡਿਜ਼ੀਜ਼ ਤੋਂ ਵੀ ਕੁਐਸਚਨ ਪੁੱਛ ਲੈਂਦੇ, ਕਈ ਵਾਰ ਕਿਸੇ ਬਿਮਾਰੀ ਦਾ ਨਾਮ ਲੈ ਕੇ ਪੁੱਛ ਲੈ ਜਾਂਦੇ ਵੀ ਦੱਸੋ ਇਹ ਜੈਨੇਟਿਕ ਡਿਜ਼ੀਜ਼ ਹੈ ਜਾਂ ਬਾਹਰੋਂ ਕਿਸੇ ਵਾਇਰਲ ਡਿਜ਼ੀਜ਼ ਹੈ, ਹੈ ਨਾ, ਇਸ ਤਰੀਕੇ ਦੇ ਨਾਲ। ਐਂਡ ਜੇਕਰ ਆਪਾਂ ਡਿਜ਼ੀਜ਼ ਦੀ ਗੱਲ ਕਰ ਹੀ ਰਹੇ ਹਾਂ ਤਾਂ ਆਪਾਂ ਨੂੰ ਜਿਹੜੇ ਪਲਾਂਟ ਹੈ ਉਹਨਾਂ ਦੀ ਡਿਜ਼ੀਜ਼ ਬਾਰੇ ਵੀ ਪੜ੍ਹਨਾ ਚਾਹੀਦਾ। ਜੇਕਰ ਤੁਸੀਂ ਥੋੜ੍ਹਾ ਜਿਹਾ ਵਧੀਆ ਗਰੁੱਪ ਬੀ ਦੇ ਪੇਪਰ ਦੇਖੋ ਤਾਂ ਉਹਦੇ ਵਿੱਚ ਤੁਹਾਨੂੰ ਪਲਾਂਟ ਕਿੰਗਡਮ ਤੋਂ ਕੁਐਸਚਨ ਜ਼ਿਆਦਾ ਮਿਲਦੇ ਆ, ਕਿਉਂਕਿ ਇਹ ਕਰੰਟ ਅਫੇਅਰ ਦੇ ਨਾਲ ਰਿਲੇਟ ਹੋ ਕੇ ਵੀ ਆ ਜਾਂਦੇ ਆ, ਇਨਵਾਇਰਮੈਂਟ ਦੇ ਨਾਲ ਰਿਲੇਟ ਹੋ ਕੇ ਵੀ ਆ ਜਾਂਦੇ ਆ, ਥੋੜ੍ਹਾ ਬਹੁਤ ਸਾਇੰਸ ਐਂਡ ਟੈਕ ਦੇ ਨਾਲ ਵੀ ਰਿਲੇਟ ਹੋ ਕੇ ਆ ਜਾਂਦੇ ਆ, ਐਂਡ ਬਾਇਓ ਦੇ ਨਾਲ ਤਾਂ ਰਿਲੇਟ ਹੈਗੇ ਹੀ ਹੈਗੇ ਆ, ਰਾਈਟ। ਸੋ ਪਲਾਂਟ ਡਿਜ਼ੀਜ਼ ਇਹ ਤੁਹਾਡੇ ਹੋ ਗਏ। ਇਸ ਤੋਂ ਬਾਅਦ ਆਪਾਂ ਜੇਕਰ 11ਵੇਂ ਟੋਪਿਕ ਦੀ ਗੱਲ ਕਰੀਏ ਤਾਂ ਉਹ ਆ ਜਾਂਦਾ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਯਾਨੀ ਕਹਿਣ ਦਾ ਮਤਲਬ ਕਿਹੜੇ ਕਿਹੜੇ ਹੈ ਨਾ ਮਿਨਰਲਸ ਆ, ਹੈ ਨਾ, ਜਿਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਵਗੈਰਾ ਪੁੱਛ ਲਈ ਜਾਂਦੀ ਹੈ, ਹੈ ਨਾ। ਜਿਵੇਂ ਮੰਨ ਲਓ ਵੀ ਕਿਸੇ ਦੀ ਜਿਵੇਂ ਆਪਾਂ ਕਹਿੰਦੇ ਨਹੀਂ ਵੀ ਆਹ ਕਮੀ ਕਿਹੜੇ ਮਿਨਰਲ ਨਾਲ ਦੂਰ ਹੋ ਸਕਦੀ ਹੈ ਜਾਂ ਕਿਹੜੇ ਨਿਊਟ੍ਰੀਸ਼ਨ ਦੇ ਨਾਲ ਦੂਰ ਹੋ ਸਕਦੀ ਹੈ ਕੋਈ ਬਿਮਾਰੀ ਹੈ, ਤਾਂ ਨਿਊਟ੍ਰੀਸ਼ਨ ਇਹ ਬਹੁਤ ਇੰਪੋਰਟੈਂਟ ਟੋਪਿਕ ਹੈ। ਇਸ ਤੋਂ ਬਾਅਦ ਜਿਹੜਾ ਐਂਡ ਵਾਲਾ ਟੋਪਿਕ ਹੈ ਉਹ ਕੀ ਹੈ ਆਪਾਂ ਪਿਗਮੈਂਟਸ। ਪਿਗਮੈਂਟਸ ਵੀ ਤੁਸੀਂ ਆਮ ਤੌਰ 'ਤੇ ਕੁਐਸਚਨ ਸੁਣਿਆ ਹੋਊਗਾ, ਜਿਵੇਂ ਆਪਣੀ ਸਕਿਨ ਹੈ ਇਹਦਾ ਰੰਗ ਐਵੇਂ ਕਿਉਂ ਹੈ, ਮੈਲੇਨਿਨ ਹੈ, ਹੈ ਨਾ, ਗਾਜਰ ਦਾ ਰੰਗ ਲਾਲ ਕਿਉਂ ਹੈ, ਟਮਾਟਰ ਦਾ ਰੰਗ ਲਾਲ ਕਿਉਂ ਹੈ, ਹੈ ਨਾ, ਤਾਂ ਪੱਤਿਆਂ ਦਾ ਜਿਹੜਾ ਰੰਗ ਹੈ ਉਹ ਹਰਾ ਕਿਉਂ ਹੈ। ਸੋ ਇਸ ਤਰੀਕੇ ਦੇ ਨਾਲ ਪਿਗਮੈਂਟਸ ਕੁਐਸਚਨ ਅਲੱਗ ਅਲੱਗ ਪੁੱਛੇ ਜਾਂਦੇ ਆ, ਰਾਈਟ ਹੈ। ਸੋ ਪਿਗਮੈਂਟਸ ਯਾਨੀ 12 ਦੇ 12 ਟੋਪਿਕ ਹੈ, ਐਂਡ ਇਹ ਜ਼ਿਆਦਾ ਇੱਥੋਂ ਹੀ ਲਗਭਗ 70% ਪੁੱਛਿਆ ਜਾਂਦਾ, ਪਰ ਜਿਹੜਾ ਆਹ 30% ਹੈ ਇਹ ਵੀ ਕੋਈ ਬਹੁਤਾ ਔਖਾ ਨਹੀਂ। ਜੇ ਤੁਸੀਂ 13 ਕਰ ਲਓ ਤਾਂ ਮੇਰੇ ਹਿਸਾਬ ਦੇ ਨਾਲ ਤੁਹਾਡੇ ਕੁਐਸਚਨ ਇਹ ਪੱਕੇ ਹੋ ਜਾਂਦੇ ਆ। ਮੈਂ ਫਿਰ ਕਹਿੰਦਾ ਵੀ ਕੁਛ ਨਾ ਨਾਲੋਂ ਤਾਂ ਘੱਟੋ ਘੱਟ ਜਿਹੜੇ PYQ ਆ ਉਹੀ ਕਰ ਜਾਓ। PYQ ਕਿਹੜੇ ਭਲਾ ਜਿਹੜੇ ਸੈਂਟਰ ਐਗਜ਼ਾਮ ਦੇ ਵਿੱਚ ਆਉਂਦੇ ਆ, ਖਾਸ ਕਰਕੇ SSC ਵਰਗੇ ਪੇਪਰਾਂ ਦੇ ਵਿੱਚ ਜਾਂ PCS ਵਗੈਰਾ ਦੇ ਵਿੱਚ ਵਨ ਲਾਈਨਰ ਕੁਐਸਚਨ ਆ ਜਾਂਦੇ ਆ, ਆਪਣੇ ਵਾਲੇ ਤਾਂ ਐਜ਼ ਇਟ ਇਜ਼ ਰਿਪੀਟ ਪਾ ਦਿੰਦੇ ਆ, ਐਂਡ ਈਵਨ ਕਿ SSC ਦੇ ਵਿੱਚ ਵੀ ਰਿਪੀਟ ਹੀ ਆਉਂਦੇ ਆ, ਕੋਈ ਐਸੀ ਗੱਲ ਨਹੀਂ ਕਿ SSC ਦੇ ਵਿੱਚ ਵੀ ਨਵੇਂ ਕੁਐਸਚਨ ਦੇਖਣ ਨੂੰ ਮਿਲਦੇ ਆ। ਬਹੁਤ ਵਾਰ ਇਹਨਾਂ ਦੇ ਵਿੱਚੋਂ ਰਿਪੀਟ ਹੀ ਹੁੰਦੇ ਆ, 99% ਜੇ ਕਹਾਂ ਤਾਂ ਸਾਇੰਸ ਦੇ ਕੁਐਸਚਨ ਰਿਪੀਟ ਹੁੰਦੇ ਆ, ਕਿਉਂਕਿ ਡੇਲੀ ਲਾਈਫ ਦੇ ਨਾਲ ਰਿਲੇਟਡ ਹੈ। ਸੋ ਇਸ ਕਰਕੇ ਇਹ ਚੀਜ਼ਾਂ ਤੋਂ ਕੁਐਸਚਨ ਬਹੁਤੇ ਜ਼ਿਆਦਾ ਬਣਦੇ ਵੀ ਨਹੀਂ, ਰਾਈਟ। ਸੋ ਬਹੁਤ ਇਹ ਲਿਮਿਟਡ ਜਿਹਾ ਸਿਲੇਬਸ ਹੈ, ਪਰ ਆਪਾਂ ਇਹਨੂੰ ਛੱਡ ਕੇ ਚਲੇ ਜਾਂਦੇ ਅਤੇ ਆਪਣੇ ਨੰਬਰ ਰੁਕ ਜਾਂਦੇ। ਮੈਂ ਤੁਹਾਨੂੰ ਹੋਰ ਵੀ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਜਿਵੇਂ ਕਾਰਬਨ ਬਾਰੇ ਪੱਕਾ ਪੜ੍ਹਿਓ, ਕਾਰਬਨ ਅਤੇ ਉਹਦੇ ਕੰਪਾਊਂਡ ਬਾਰੇ, ਫਿਰ ਮੀਥੇਨ ਬਾਰੇ ਪੱਕਾ ਪੜ੍ਹਿਓ। ਤੁਸੀਂ ਮੀਥੇਨ ਗੈਸ ਬਾਰੇ ਸੁਣਿਆ ਹੋਊਗਾ ਬਹੁਤ ਥਾਵਾਂ 'ਤੇ, ਹੈ ਨਾ, ਭੋਪਾਲ ਗੈਸ ਟ੍ਰੈਜਡੀ ਵਾਲਾ ਜਿਹੜਾ ਆਉਂਦਾ ਹੁੰਦਾ, ਕਿੰਨੇ ਵਾਰ ਕੁਐਸਚਨ ਆਉਂਦਾ। ਆਏ ਵਾਰੀ ਉਹ ਕੁਐਸਚਨ ਬਹੁਤ ਜਣੇ ਗਲਤ ਕਰਦੇ ਆ ਵੀ ਕਿਹੜੀ ਗੈਸ ਲੀਕ ਹੋਈ ਸੀ, ਹੈ ਨਾ, ਉਹ ਹੁਣ ਇਹਦੇ ਨਾਲ ਹੀ ਰਿਲੇਟਡ ਹੈ। ਤਾਂ ਫਿਰ ਨਾਈਟ੍ਰੋਜਨ ਬਾਰੇ, ਨਾਈਟ੍ਰੋਜਨ ਬਾਰੇ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਫਿਰ ਆਪਾਂ ਆਈਸ ਕਿਊਬਸ ਬਾਰੇ ਪੜ੍ਹਦੇ ਹਾਂ, ਜਿਹੜੀਆਂ ਆਈਸ ਕਿਊਬਸ ਹੁੰਦੇ ਉਹਨਾਂ ਦੇ ਵਿੱਚ ਕਿਹੜੀ ਗੈਸ ਆ ਜੀ, ਨਾਈਟਰਸ ਆਕਸਾਈਡ ਲਾਫਿੰਗ ਗੈਸ ਕੀ ਹੈ, ਰਾਈਟ। ਐਸ ਇਹ ਨਾਈਟ੍ਰੋਜਨ ਦੇ ਨਾਲ ਰਿਲੇਟਡ, ਨਾਈਟ੍ਰੋਜਨ ਫਿਕਸੇਸ਼ਨ ਜਿਹੜੀ ਆਪਾਂ ਜਿਹਦੇ ਵਿੱਚ ਮੈਗਨੀਸ਼ੀਅਮ ਦੀ ਆਪਾਂ ਗੱਲ ਕਰਦੇ ਹਾਂ, ਪਲਾਂਟ ਦੇ ਪਲਾਂਟ ਕਿੰਗਡਮ ਜਦੋਂ ਆਪਾਂ ਪੜ੍ਹਦੇ ਹਾਂ, ਨਾਈਟ੍ਰੋਜਨ ਫਿਕਸੇਸ਼ਨ ਬਾਰੇ ਤੁਸੀਂ ਸੁਣਿਆ ਹੋਊਗਾ, ਤਾਂ ਨਾਈਟ੍ਰੋਜਨ ਬਾਰੇ ਪੱਕਾ ਪੜ੍ਹਿਓ। ਫਿਰ ਸੋਡੀਅਮ ਬਾਰੇ ਪੱਕਾ ਪੜ੍ਹਿਓ, ਹੈ ਨਾ, ਸੋਡੀਅਮ ਬਾਰੇ ਪੱਕਾ ਪੜ੍ਹਿਓ, ਬਹੁਤ ਸੌਫਟ ਹੁੰਦਾ ਹੈਗਾ। ਫਿਰ ਸਲਫਰ ਬਾਰੇ, ਸਲਫਰ ਹੋ ਗਿਆ ਜਿਹੜੇ ਮੈਡੀਸਨ ਦੇ ਵਿੱਚ ਕੰਮ ਆਉਂਦਾ ਹੈਗਾ ਸਲਫਰ, ਰਾਈਟ, ਜਿਹੜੀ ਆਪਾਂ ਦੇਖਦੇ ਹਾਂ ਵੀ ਬਹੁਤ ਖੁਸ਼ਬੂ ਆਉਂਦੀ ਹੁੰਦੀ ਆ ਹਸਪਤਾਲਾਂ 'ਚੋਂ, ਉਹ ਹੈ ਨਾ ਇੱਕ ਮੈਡੀਸਨ ਦੀ, ਹੈ ਨਾ, ਸਲਫਰ ਬੇਸਿਕਲੀ। ਚਲੋ ਖੈਰ, ਤਾਂ ਇਸ ਤੋਂ ਬਾਅਦ ਸਿਲਵਰ ਬਾਰੇ ਹੋ ਗਿਆ, ਤਾਂ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਫਿਰ ਕੈਲਸ਼ੀਅਮ ਹੋ ਗਿਆ, ਹੀਲੀਅਮ ਹੋ ਗਿਆ, ਹੀਲੀਅਮ ਗੈਸ ਤੁਸੀਂ ਸੁਣੀ ਹੋਊਗੀ, ਹੈ ਨਾ, ਗੁਬਾਰਿਆਂ ਦੇ ਵਿੱਚ ਹੀਲੀਅਮ ਗੈਸ ਹੋ ਗਿਆ। ਇਸ ਤੋਂ ਬਾਅਦ ਨੋਬਲ ਗੈਸਿਸ ਬਹੁਤ ਇੰਪੋਰਟੈਂਟ ਹੈ, ਨੋਬਲ ਗੈਸਿਸ ਹੋ ਗਿਆ, ਅਲਕੋਹਲ ਹੋ ਗਿਆ, ਤਾਂ ਇਹ ਤਾਂ ਤੁਸੀਂ 100% ਪੜ੍ਹਨੇ। ਹਾਲਾਂਕਿ ਜਿਹੜੇ ਆਹ ਟੋਪਿਕ ਮੈਂ ਲਿਖਿਆ ਉਹਦੇ ਵਿੱਚ ਕਵਰ ਹੋ ਗਏ, ਜਿਹੜੇ ਮੈਂ ਕਾਰਬਨ ਐਂਡ ਉਹਦੇ ਕੰਪਾਊਂਡ ਦੱਸੇ ਸੀ ਉਹਦੇ ਨਾਲ, ਐਟਸੈਟਰਾ, ਰਾਈਟ।
ਸੋ ਆਹ ਜਿਹੜਾ ਹੈਗਾ ਇਹਨੂੰ ਬਸ ਤੁਸੀਂ ਕਿਸੇ ਕਾਪੀ ਦੇ ਵਿੱਚ ਨੋਟ ਕਰ ਲਓ, ਐਂਡ ਜਦੋਂ ਵੀ ਤੁਸੀਂ ਸਾਇੰਸ ਨੂੰ ਪੜ੍ਹਨਾ ਤਾਂ ਆਹ ਟੌਪਿਕ ਪੜ੍ਹਨੇ ਆ, ਐਂਡ ਜਦੋਂ ਟੌਪਿਕ ਉਹ ਪੂਰਾ ਪੜ੍ਹ ਲਿਆ ਉਹਦੇ 'ਤੇ MCQ ਕਰ ਲਏ, ਨਾਲ ਦੀ ਨਾਲ ਆਪਣੀ ਕਾਪੀ 'ਤੇ ਠਿੱਕਾ ਮਾਰ ਦਿਉ ਜਾਂ ਇੱਕ ਨੋਟਸ ਬਣਾ ਕੇ ਰੱਖ ਲਓ ਇਹਨਾਂ ਦੇ। ਯੂਟਿਊਬ 'ਤੇ ਬਹੁਤ ਸਾਰੇ ਲੈਕਚਰ ਬਹੁਤ ਸਾਰੇ ਟੀਚਰਾਂ ਦੇ ਹੋ ਸਕਦਾ ਪਏ ਵੀ ਹੋਣ, ਤਾਂ ਤੁਸੀਂ ਕੋਈ ਵੀ ਟੌਪਿਕ ਸਰਚ ਮਾਰ ਕੇ ਕਿਹੜਾ ਉਹਨਾਂ ਨੂੰ ਇੱਕ ਓਵਰਵਿਊ ਜਿਹਾ ਲੈ ਲਓ, ਉਸ ਤੋਂ ਬਾਅਦ PYQ ਕਰ ਜਾਓ। ਮੈਂ ਫਿਰ ਕਹਿੰਦਾ ਕਿ ਬਹੁਤੇ ਜਾਣੇ ਸਾਇੰਸ ਨਹੀਂ ਕਰਕੇ ਜਾਂਦੇ, ਫਿਰ ਮੈਂ ਕਹਿੰਦਾ ਕਿ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਉਹ ਬਹੁਤੇ ਜਾਣੇ ਕਰ ਰਹੇ ਆ। ਜੇ ਤੁਸੀਂ ਹਜ਼ਾਰਾਂ ਨਾਲ ਲੜਨਾ ਅਤੇ ਮੂਹਰਲੇ ਸਮਾਂ ਦੇ ਵਿੱਚ ਆਉਣਾ ਤਾਂ ਇਹੋ ਜਿਹੇ ਟੌਪਿਕ ਤੁਹਾਨੂੰ ਪੜ੍ਹਨੇ 100% ਪੈਣਗੇ ਹੀ ਪੈਣਗੇ। ਫਿਰ ਚਾਹੇ ਤੁਸੀਂ ਇਹ ਕਹੋ ਵੀ ਇੱਕ ਕੁਐਸਚਨ ਆਇਆ, ਚਾਹੇ ਕੋਈ ਵੀ ਨਹੀਂ ਆਇਆ, ਕਿਉਂਕਿ ਕੋਈ ਵੀ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਤਾਂ ਤੁਹਾਡੀ ਇਹ ਪੜ੍ਹਾਈ ਕੰਮ ਆਉਂਦੀ ਆ, ਅਵੇਅਰਨੈਸ ਹੁੰਦੀ ਆ, ਹੋਰ ਕਰੰਟ ਅਫੇਅਰ ਦੇ ਵਿੱਚ ਕੰਮ ਆ ਜਾਂਦੀ, ਕਿਤੇ ਨਾ ਕਿਤੇ ਕੁਛ ਨਾ ਕੁਛ ਕੰਮ ਦਿੰਦੀ ਹੈ। ਪਰ ਨਹੀਂ, ਜੇ ਇੱਕ ਦੋ ਕੁਐਸਚਨ ਵੀ ਆਉਂਦੇ ਤਾਂ ਤੁਸੀਂ ਬਹੁਤਿਆਂ ਨੂੰ ਪਿੱਛੇ ਛੱਡ ਦੋਗੇ। ਉਹ ਸਮਝ ਲੱਗ ਗਈ ਨਾ ਭਾਈ? ਸੋ ਇਸ ਤਰੀਕੇ ਦੇ ਨਾਲੇ ਤੁਸੀਂ ਸਾਇੰਸ ਦੇ ਵਿੱਚ ਕੈਮਿਸਟਰੀ, ਫਿਜਿਕਸ, ਬਾਇਓ ਇਹ ਪੱਕਾ ਤੁਸੀਂ ਪੜ੍ਹਨੀ ਹੈ, ਜਿਹੜੇ ਮੈਂ ਤੁਹਾਨੂੰ ਟੌਪਿਕ ਦੱਸੇ ਆ। ਹੁਣ ਫਿਰ ਮੈਂ ਗੱਲ ਕਰ ਦਾਂਗਾ ਜਿਹੜੀ ਆਪਣੀ ਬੁੱਕਸ ਵਗੈਰਾ ਦੀ, ਹੈ ਨਾ, ਬੁੱਕਸ ਵਗੈਰਾ ਦੀ ਗੱਲ ਕਰ ਲੈਂਦੇ ਹਾਂ। ਦੇਖੋ ਸਿੱਧੀ ਜਿਹੀ ਗੱਲ ਹੈ, ਪਹਿਲੀ ਗੱਲ ਤਾਂ ਜੇ ਹੁਣ ਆਪਾਂ PSSB ਦੀ ਗੱਲ ਕਰੀਏ ਅਤੇ ਜਾਂ ਫਿਰ ਆਪਾਂ ਸੈਂਟਰ ਦੇ ਵਿੱਚ SSC ਦੀ ਗੱਲ ਕਰੀਏ, ਤਾਂ ਮੈਂ ਪਿਛਲੀ ਵਾਰ ਵੀ ਇੱਕੋ ਹੀ ਬੁੱਕ ਦੱਸੀ ਸੀ, ਹੁਣ ਵੀ ਇੱਕੋ ਬੁੱਕ ਦੱਸੂਗਾ ਕਿ ਭਾਈ ਲੂਸੈਂਟ ਦੀ ਸਬਜੈਕਟਿਵ ਬੁੱਕ ਆ ਜਿਹੜੀ ਉਹ ਤੁਸੀਂ ਪੜ੍ਹਨੀ ਹੈ। ਹੁਣ ਸਬਜੈਕਟਿਵ ਦਾ ਵਿੱਚ ਤਾਂ ਬਹੁਤ ਕੁਛ ਦਿੱਤਾ ਹੋਇਆ, ਮਨ ਨੂੰ ਕੰਟਰੋਲ ਰੱਖਣਾ ਗਾ, ਕੰਟਰੋਲ ਰੱਖ ਕੇ ਜਿਹੜੇ ਮੈਂ ਟੌਪਿਕ ਦੱਸੇ ਆ ਸਭ ਤੋਂ ਪਹਿਲਾਂ ਪ੍ਰਾਇਓਰਿਟੀ ਕਿ ਉਹੀ ਖਤਮ ਕਰਨੇ ਆ। ਐਂਡ ਸੇਮ ਲੂਸੈਂਟ ਦੀ ਹੀ ਇੱਕ ਬੁੱਕ ਆ ਜਿਹੜੀ ਕਿਹੜੀ ਆਪਣਾ ਓਬਜੈਕਟਿਵ, ਇਹ ਓਬਜੈਕਟਿਵ ਦੇ ਵਿੱਚ ਉਸੇ ਟੌਪਿਕਾਂ ਦੇ MCQ ਕਰ ਲਿਓ, ਲਗਭਗ SSC ਦੇ ਸਾਰੇ ਜਿਹੜੇ ਪ੍ਰੀਵੀਅਸ ਪੇਪਰ ਆ, ਪ੍ਰੀਵੀਅਸ ਕੁਐਸਚਨ ਆ, ਉਹ ਸਾਰੇ ਕਵਰ ਹੋ ਜਾਣਗੇ। ਬੜਾ ਜ਼ਿਆਦਾ ਯਾਨੀ ਇਹਦੇ ਵਿੱਚ ਬਹੁਤਾ ਜ਼ਿਆਦਾ ਤਾਮਝਾਮ ਕਰਨ ਦੀ ਲੋੜ ਨਹੀਂ। ਤੁਸੀਂ ਬਿਲਕੁਲ ਨਾ ਕਰ ਰਹੇ ਸੀ ਉਹਦੇ ਯਾਨੀ ਨਾ ਕਰਨ ਦੇ ਲਈ ਤਾਂ ਘੱਟੋ ਘੱਟ ਇੰਨਾ ਹੀ ਬਹੁਤ ਆ, ਹੈ ਨਾ, ਜਮਾਂ ਹੀ ਛੱਡਣਾ ਤਾਂ ਮਾੜੀ ਗੱਲ ਹੈ। ਤਾਂ ਬੇਸਿਕਲੀ ਸਬਜੈਕਟਿਵ ਦੇ ਵਿੱਚ ਉਹ ਟੌਪਿਕ ਪੜ੍ਹ ਕੇ ਨਾਲ ਦੀ ਨਾਲ ਉਹਦੀ MCQ ਕਰ ਲਿਆ। ਜਿਵੇਂ ਫੋਰ ਐਗਜ਼ਾਮਪਲ ਕਿ ਮੈਂ ਕੈਮਿਸਟਰੀ ਦਾ ਕੋਈ ਟੌਪਿਕ ਚੱਕਿਆ ਅਤੇ ਕੈਮਿਸਟਰੀ ਦਾ ਟੌਪਿਕ ਉਹ ਪੜ੍ਹ ਕੇ ਨਾਲ ਦੀ ਨਾਲ ਮੈਂ ਇਹਦੇ 'ਤੇ ਕੁਐਸਚਨ ਕਰਤੇ, ਉਵੇਂ ਟੌਪਿਕ ਵਾਈਜ਼, ਠੀਕ ਹੋ ਗਿਆ। ਇਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਕਿ ਥੋੜ੍ਹਾ ਜਿਹਾ ਮੈਂ ਜਿਵੇਂ ਗਰੁੱਪ ਬੀ ਦੀ ਤਿਆਰੀ ਕਰਦਾ, ਜਿਵੇਂ ਹੈ ਨਾ ਗਰੁੱਪ ਬੀ ਦੇ ਵਿੱਚ ਜੀ ਵਧੀਆ ਆ ਸਕਦਾ, ਸਟੇਟਮੈਂਟ ਬੇਸਡ ਆ ਸਕਦੇ ਆ। ਦੇਖੋ PSSB ਜਦੋਂ ਵੀ ਸਟੇਟਮੈਂਟ ਬੇਸਡ ਕੁਐਸਚਨ ਪਾਉਂਦੀ ਹੈ ਤਾਂ ਜਿਹੜਾ ਮੇਰਾ ਵਿਚਾਰ ਹੈ ਕਿ PSSB ਪੇਪਰ ਸਟੇਟਮੈਂਟ ਵਾਲੇ ਬਹੁਤ ਘੱਟ ਬਣਾਉਂਦੀ ਆ, ਯਾਨੀ ਬਣਾਉਣ ਦਾ ਮਤਲਬ ਜਿਵੇਂ ਫਰੇਮ ਕਰਨੇ ਹੁੰਦੇ ਕੁਐਸਚਨ, ਨਵੇਂ ਬਣਾਉਣੇ ਹੁੰਦੇ ਆ, ਬਣਾਉਂਦੀ ਆ, ਐਂ ਨਹੀਂ ਕਹਿੰਦਾ, ਪਰ ਬਹੁਤ ਘੱਟ ਬਣਾਉਂਦੀ ਆ। ਅਤੇ ਜੇ ਬਹੁਤ ਘੱਟ ਬਣਾਉਂਦੀ ਆ ਤਾਂ ਕਿਤੇ ਨਾ ਕਿਤੇ ਤਾਂ ਉਹ ਪਾਉਂਦੀ ਆ, ਤਾਂ ਉਹ ਪਾਉਂਦੀ ਆ ਸਟੇਟਮੈਂਟ ਬੇਸਡ ਵਾਲੇ ਕੁਐਸਚਨ PYQ ਤੋਂ। ਐਡੇ PYQ ਕੁਐਸਚਨ ਕਿਹੜੇ ਹੁੰਦੇ ਆ ਜਿਹੜੇ ਕਿਸੇ ਨਾ ਕਿਸੇ PCS ਦੇ ਵਿੱਚ ਆਏ ਹੁੰਦੇ ਆ, ਚਾਹੇ ਉਹ ਪੰਜਾਬ PCS ਹੋਵੇ, ਬਿਹਾਰ ਦਾ ਹੋਵੇ, UP ਦਾ ਹੋਵੇ, ਹਰਿਆਣੇ ਦਾ ਹੋਵੇ, ਯਾਨੀ ਕਿਤੇ ਨਾ ਕਿਤੇ ਸਿਵਲ ਸਰਵਿਸ ਵਾਲੇ ਕੁਐਸਚਨ ਸਟੇਟਮੈਂਟ ਬੇਸਡ ਐਜ਼ ਇਟ ਇਜ਼ ਪਾ ਦਿੰਦੀ ਆ। ਅਤੇ ਜੇ ਐਜ਼ ਇਟ ਇਜ਼ ਪਾ ਦਿੰਦੀ ਹੈ ਤਾਂ ਫਿਰ ਆਪਾਂ ਉਹ ਕਿੱਥੋਂ ਕਰਨੀ ਹੈ, ਜਿਹੜੀ ਹੈਗੀ ਹੈ ਜੀ ਘਟਨਾ ਚੱਕਰ ਵਾਲੀ ਬੁੱਕ। ਘਟਨਾ ਚੱਕਰ ਦੀ ਸਾਇੰਸ ਦੀ ਬੁੱਕ ਆਉਂਦੀ ਹੈ, ਜਨਰਲ ਸਾਇੰਸ ਕਰਕੇ ਆਉਂਦੀ ਹੈ, ਜਨਰਲ ਸਾਇੰਸ। ਇਹ ਜਨਰਲ ਸਾਇੰਸ ਦੀ ਤੁਸੀਂ ਸਾਰੇ ਦੀ ਸਾਰੀ ਬੁੱਕ ਦੇ ਵਿੱਚੋਂ ਉਹੀ ਉਹੀ ਟੌਪਿਕ ਕਰ ਲਓ ਜਿਹੜੇ ਮੈਂ ਤੁਹਾਨੂੰ ਲਿਖ ਕੇ ਦਿੱਤੇ ਆ, ਐਂ ਤਾਂ ਫਿਰ ਬਹੁਤ ਵੱਡੀ ਆ। ਪਰ ਹਾਂ, ਜੇ ਜੀ ਕਰਦਾ ਪੜ੍ਹਨ ਦਾ ਸਵਾਦ ਆਉਂਦਾ ਹੋਇਆ ਤਾਂ ਫਿਰ ਭਾਵੇਂ ਸਾਰੀ ਦੀ ਸਾਰੀ ਪੜ੍ਹ ਲਿਓ, ਪਰ ਪਹਿਲੀ ਪ੍ਰਾਇਓਰਿਟੀ ਜਿਹੜੇ ਮੈਂ ਟੌਪਿਕ ਦੱਸੇ ਆ। ਹਾਲਾਂਕਿ ਮੈਂ ਕੋਈ ਟੌਪਿਕ ਛੱਡਿਆ ਵੀ ਨਹੀਂ, ਐਵੇਂ ਕਹਾਂ ਕੋਈ ਟੌਪਿਕ ਛੱਡਿਆ ਵੀ ਨਹੀਂ, ਕਿਉਂਕਿ ਲਗਭਗ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਂਦੇ ਆ, ਤਾਂ ਇਹੀ ਕਿਤਾਬਾਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਪਰ ਫਿਰ ਉਹੀ ਗੱਲ ਹੈ ਕਿ ਜੇ ਤੁਹਾਨੂੰ ਹੋਰ ਵੀ ਟੌਪਿਕ ਇਸ ਤੋਂ ਇਲਾਵਾ ਮਿਲ ਗਏ ਤਾਂ ਘੱਟੋ ਘੱਟ ਉਹ ਵੀ ਕਵਰ ਕਰ ਸਕਦੇ ਹੋ, ਪਰ ਪਹਿਲੀ ਪ੍ਰਾਇਓਰਿਟੀ ਜਿਹੜਾ ਮੈਂ ਦੱਸਿਆ ਇਹ ਤਾਂ ਤੁਸੀਂ 100% ਕਰਨੇ ਹੀ ਕਰਨੇ ਨੇ, ਜਨਰਲ ਸਾਇੰਸ, ਠੀਕ ਹੋ ਗਿਆ ਭਾਈ। ਹੁਣ ਜੇ ਮੰਨ ਲਓ ਤੁਹਾਨੂੰ ਲੱਗਦਾ ਕਿ ਜੀ ਇਹ ਤਾਂ ਬਹੁਤ ਔਖਾ ਹੋ ਗਿਆ, ਲੂਸੈਂਟ ਵੀ ਨਹੀਂ ਪੜ੍ਹੀ ਜਾਣੀ, ਘਟਨਾ ਚੱਕਰ ਵੀ ਨਹੀਂ ਪੜ੍ਹੀ ਜਾਣੀ, ਫਿਰ ਭਾਈ ਮੇਰੀ ਗੱਲ ਮੰਨੋ ਜਿਹੜੀ ਮੈਂ ਆਏ ਵਾਰੀ ਬੋਲਦਾ
ਕਿ 6ਵੀਂ ਤੋਂ ਲੈ ਕੇ 10ਵੀਂ ਤੱਕ ਜਿੱਥੋਂ ਵੀ ਸਾਇੰਸ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਸਟਾਰਟ ਹੁੰਦੀ ਹੈ, ਹੈ ਨਾ, 6ਵੀਂ ਤੋਂ ਲੈ ਕੇ 10ਵੀਂ ਤੱਕ ਬਸ ਇਹ ਪੜ੍ਹ ਲਓ, ਫਿਰ ਨਹੀਂ ਮੈਨੂੰ ਲੱਗਦਾ ਵੀ ਕਿਤੇ ਹੋਰ ਜਾਣ ਦੀ ਵਾਲੀ ਲੋੜ ਹੈ, ਰਾਈਟ ਆ। 6ਵੀਂ ਤੋਂ ਲੈ ਕੇ 10ਵੀਂ ਤੱਕ ਪੜ੍ਹੋਗੇ ਤਾਂ ਇਨ ਜਨਰਲ ਤੁਹਾਡੇ ਸਾਰੇ ਟੌਪਿਕ ਕਵਰ ਹੋ ਹੀ ਜਾਣਗੇ। ਪਰ ਹਾਂ, ਕਿਉਂਕਿ SSC ਦੇ ਵਿੱਚ ਆਉਂਦੇ ਰਹੇ ਆ ਕੁਐਸਚਨ, ਘਟਨਾ ਚੱਕਰ ਦੇ ਵਿੱਚ ਵੀ ਸਿਵਲ ਸਰਵਿਸ ਵਾਲੇ ਕਵਰ ਹੋ ਜਾਂਦੇ ਆ, ਇਸ ਕਰਕੇ ਇਹਨਾਂ ਟੌਪਿਕਾਂ ਨੂੰ ਯਾਨੀ ਇਹਨਾਂ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਵੀ ਤੁਹਾਨੂੰ ਆਹਾਂ ਕਿਤਾਬਾਂ ਤਾਂ ਪੜ੍ਹਨੀਆਂ ਪੈਣਗੀਆਂ, ਕੁਐਸਚਨ ਕਰਨੇ ਪੈਣਗੇ। ਸਮਝ ਲਾ ਕੇ NCERT ਤਾਂ ਬੈਸਟ ਹੀ ਹੁੰਦੀ ਹੈ, ਚਾਹੇ ਉਹ ਪੰਜਾਬ ਬੋਰਡ, ਓਬਵੀਅਸ ਗੱਲ ਹੈ, NCERT ਪੜ੍ਹੋ, ਰਾਈਟ ਆ। ਸੋ 6ਵੀਂ ਤੋਂ ਲੈ ਕੇ 10ਵੀਂ ਤੱਕ ਕਿਤਾਬਾਂ ਪੜ੍ਹ ਸਕਦੇ ਹੋ ਭਾਈ, ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹੋ, ਬਹੁਤ ਵਧੀਆ ਤਰੀਕੇ ਦੇ ਨਾਲ ਸਮਝ ਲੱਗੂਗਾ। ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਕਿਤਾਬਾਂ 'ਤੇ ਆਉਂਗੇ ਤਾਂ ਫਿਰ ਹੋ ਸਕਦਾ ਹੋਰ ਵੀ ਜ਼ਿਆਦਾ ਸਮਝ ਲੱਗ ਜੇ। ਇਹ ਬਿਗਨਰ ਵਾਸਤੇ ਹੈ, ਪਰ ਜੇ ਤੁਸੀਂ ਇਹ ਕਿਤਾਬਾਂ ਪੜ੍ਹ ਚੁੱਕੇ ਹੋ, ਕਿਤਾਬਾਂ ਤੁਹਾਡੀਆਂ ਪੜ੍ਹੀਆਂ ਹੋਈਆਂ, ਫਿਰ ਤੁਸੀਂ ਸਟੈਂਡਰਡ ਸੋਰਸ 'ਤੇ ਡਾਇਰੈਕਟ ਆਓ ਐਂਡ ਸਾਇੰਸ ਨੂੰ ਵਧੀਆ ਤਰੀਕੇ ਦੇ ਨਾਲ ਕਵਰ ਕਰੋ। ਐਂਡ ਯਕੀਨ ਮੰਨੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਜੇਕਰ ਸਾਇੰਸ ਦਾ ਪੋਰਸ਼ਨ ਵੱਧ ਜਾਵੇ, ਆਪਾਂ ਨੂੰ ਕੀ ਪਤਾ ਕਿ ਪੇਪਰ ਦੇ ਵਿੱਚ ਕੀ ਜ਼ਿਆਦਾ ਆਊਗਾ, ਰਾਈਟ। ਇਹ ਤਾਂ ਪ੍ਰੋਡਿਕਸ਼ਨਾਂ ਹੁੰਦੀਆਂ ਵੀ ਆਹ ਜ਼ਿਆਦਾ ਆਉਂਦਾ ਜੀ, ਉਹ ਜ਼ਿਆਦਾ। ਅੱਜ ਕੱਲ੍ਹ ਪੋਲੀਟੀ ਹਿਸਟਰੀ ਨੂੰ ਘਟਾ ਤਾ ਅਤੇ ਇਨਵਾਇਰਮੈਂਟ ਹੋ ਗਿਆ, ਸਾਇੰਸ ਐਂਡ ਟੈਕ ਹੋ ਗਿਆ, ਇਕਨੋਮਿਕਸ ਹੋ ਗਈ, ਜੀਓਗ੍ਰਾਫੀ ਹੋ ਗਈ, ਇਹਨਾਂ ਦਾ ਪੋਰਸ਼ਨ ਹੁਣ ਜ਼ਿਆਦਾ ਆਉਣ ਲੱਗ ਗਿਆ। ਕਿਤੇ ਨਾ ਕਿਤੇ ਹਰ ਪੋਰਸ਼ਨ ਹੀ ਇੰਪੋਰਟੈਂਟ ਬਣਦਾ ਜਾ ਰਿਹਾ, ਕਰੰਟ ਅਫੇਅਰ ਬਹੁਤ ਇੰਪੋਰਟੈਂਟ ਬਣਦੇ, ਹੈ ਨਾ। ਸੋ ਹਰ ਚੀਜ਼ ਦਾ ਮੈਂ ਤੁਹਾਨੂੰ ਵਾਰ ਵਾਰ ਐਵੇਂ ਵੀਡੀਓ ਛੋਟੇ ਛੋਟੇ ਬਣਾਉਂਦਾ ਰਹੂੰਗਾ। ਸੋ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਸਮਝ ਲੱਗ ਗਿਆ। ਪਰ ਜੇ ਉਹੀ ਗੱਲ ਆ ਵੀ ਇਹਨਾਂ ਤੋਂ ਇਲਾਵਾ ਤੁਸੀਂ ਮੰਨ ਲਓ ਤੁਹਾਨੂੰ ਲੱਗਦਾ ਕਿ ਸਾਨੂੰ ਕੋਈ ਟੀਚਰ ਪੜ੍ਹਾ ਦੇ, ਹੈ ਨਾ, ਤਾਂ ਫਿਰ ਤੁਸੀਂ ਆਪਣਾ ਕੋਰਸ ਜੁਆਇਨ ਕਰ ਸਕਦੇ ਹੋ ਭਾਈ। ਟੈਸਟ ਸੀਰੀਜ਼ ਆ, ਫੋਰ ਆਲ ਐਗਜ਼ਾਮ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਹੋ ਔਨਲਾਈਨ। ਆਪਣੀ ਐਪਲੀਕੇਸ਼ਨ ਇੰਸਟਾਲ ਕਰੋ, ਨੀਚੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂਗਾ। ਆ ਸਟਾਰ ਬੈਚ ਆ ਜਿਹੜਾ ਨਵਾਂ ਸਟਾਰਟ ਹੋਇਆ, ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ। ਐਂਡ ਜੇਕਰ ਇਸ ਤੋਂ ਪਹਿਲਾਂ ਵਾਲਾ ਕੰਪਲੀਟ ਕੋਰਸ ਲੈਣਾ ਗਾ ਤਾਂ PSSB ਵਾਲਾ ਜਿਹੜਾ ਆਲਰੇਡੀ ਲਗਭਗ ਕੰਪਲੀਟ ਹੈ, ਤਾਂ ਤੁਸੀਂ ਇਸ ਨੂੰ ਜੁਆਇਨ ਕਰ ਸਕਦੇ ਹੋ। ਇਹਨਾਂ ਦੋਨਾਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ, ਰਾਈਟ ਹੋ ਗਿਆ। ਸੋ ਤੁਸੀਂ ਇਹ ਜੇਕਰ ਕੋਰਸ ਲਓਗੇ ਤਾਂ ਤੁਹਾਨੂੰ ਹੋਰ ਵੀ ਬੈਨੀਫਿਟ ਮਿਲ ਜੂਗਾ, ਇਹਦੇ ਵਿੱਚ ਵੀ ਸਾਇੰਸ ਵਗੈਰਾ ਕਵਰ ਹੁੰਦੀ ਰਹੂਗੀ। ਸਮਝ ਲੱਗ ਗਈ ਭਾਈ? ਸੋ ਮੈਂ ਤੁਹਾਨੂੰ ਮੇਰੇ ਹਿਸਾਬ ਦੇ ਨਾਲ ਸਾਰਾ ਕੁਝ ਦੱਸਤਾ। ਬਾਕੀ ਫਿਰ ਉਹੀ ਗੱਲ ਆ ਕਿ ਕੋਈ ਵੀ ਇਸ਼ੂ ਹੈਗਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ, ਰਾਈਟ ਹੈ। ਸੋ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਟੌਪਿਕ ਦੇ ਨਾਲ ਮਿਲਾਂਗੇ, ਜਿਹਦੇ ਵਿੱਚ ਆਪਾਂ ਕਿਸੇ ਹੋਰ ਸਬਜੈਕਟ ਦੀ ਗੱਲ ਕਰਾਂਗੇ। ਬਾਕੀ YouTube 'ਤੇ ਪੋਲੀਟੀ ਦੇ ਚੈਪਟਰ ਵਾਈਜ਼ MCQ ਹਰ ਰੋਜ਼ ਲੱਗਦੇ ਨੇ, ਐਂਡ ਤੁਸੀਂ ਜੇਕਰ ਉਹ ਦੇਖਣਾ ਚਾਹੁੰਦੇ ਹੋ ਤਾਂ ਆਪਣੀ ਯਾਨੀ YouTube 'ਤੇ ਉਹ ਹਰ ਰੋਜ਼ ਲੈਕਚਰ ਤੁਸੀਂ ਦੇਖ ਸਕਦੇ ਹੋ। ਅੱਜ ਕਿਉਂਕਿ ਮੈਂ ਵੀਡੀਓ ਪਾਈ ਹੈ ਇਸ ਕਰਕੇ ਸ਼ਾਇਦ ਉਹ ਮੇਬੀ ਸਕਿੱਪ ਹੋਵੇ, ਬਟ ਹਾਂ ਪਲੇਲਿਸਟ ਬਣੀ ਹੋਈ ਹੈ ਕੰਪਲੀਟ ਪੋਲੀਟੀ ਦੀ, ਤੁਸੀਂ ਉਹ ਪਲੇਲਿਸਟ ਖੋਲੋ ਤਾਂ ਹਰ ਰੋਜ਼ ਚੈਪਟਰ ਵਾਈਜ਼ ਉਹਦੇ ਵਿੱਚ MCQ ਹੁੰਦੇ ਆ। ਐਂਡ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਇਹ ਟੌਪਿਕ ਹੈ ਇਹਨਾਂ ਟੌਪਿਕਾਂ ਨੂੰ ਆਪਣੇ YouTube 'ਤੇ MCQ ਦੇ ਰਾਹੀਂ ਕਵਰ ਕੀਤਾ ਜਾਵੇ ਤਾਂ ਕਿ ਤੁਹਾਡੇ ਵਾਸਤੇ ਇਹ ਬੈਨੀਫਿਟ ਹੋ ਜਾਵੇ, ਜਿਹਦੇ ਵਿੱਚ ਸਾਰੇ ਪ੍ਰੀਵੀਅਸ ਈਅਰ ਕੁਐਸਚਨ ਆਪਾਂ ਕਵਰ ਕਰ ਲਈਏ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ, ਬਾਬਾ ਨਾਨਕ ਮਿਹਰ ਕਰੇ। ਚੜ੍ਹਦੀ ਕਲਾ 'ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ, ਆਪਾਂ ਹੋਰ ਨਵੀਂ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ। ਥੈਂਕ ਯੂ ਸੋ ਮਚ।